ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾੜੀ, ਉਦੋਂ ਕਿ ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ। ਮਾੜੀ ਮੇਘਾ ਪਿੰਡ ਥੋੜ੍ਹੀ ਦੂਰੀ 'ਤੇ ਆ, ਮਾੜੀ ਕੰਬੋਗੇ ਚੁੰਗ ਪਿੰਡ, ਇਹ ਜਿਹੜੀ ਦੋਸਤੋ ਪਿੰਡ ਥੋੜ੍ਹੀ ਥੋੜ੍ਹੀ ਦੂਰੀ 'ਤੇ ਹੈਗੇ ਆ। ਦਰਾਜ਼ ਕੇ ਭਲਵਾਨ ਕੇ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ, ਅਤੇ ਦਲੇਰੀ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ। ਤੁਸੀਂ ਖਾਸ ਵਿਜਿਟ ਜਿਹੜੀ ਆ ਪਿੰਡ ਮਾੜੀ ਉਦੋਂ ਕੇ ਕਰਨੀ ਹੈਗੀ ਆ, ਅਤੇ ਗੁਰਜੀਤ ਬਾਈ ਦੇ ਕੋਲ ਆਏ ਹਾਂ ਦੋਸਤੋ। ਅਤੇ ਇਸ ਵੀਰ ਦਾ ਕੰਮ ਜਿਹੜਾ ਪਸ਼ੂ ਵਪਾਰ ਦਾ, ਇੱਕ ਨਾਗ ਜਿਹੜਾ ਹੋ ਜਾਵੇ, ਦੋ ਨਾਗ ਹੋ ਜਾਣ, ਇਹ ਪਸ਼ੂ ਜਿਹੜੇ ਦੋਸਤੋ ਇੱਕ ਇੱਕ ਦੋ ਦੋ ਨਾਗ ਜਿਹੜੇ ਇਸ ਘਰ ਆਉਂਦੇ ਆ, ਠੀਕ ਆ। ਅੱਜ ਇਸ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਸਾਹਮਣੇ ਜੋ ਦੋਸਤੋ ਝੋਟੀ ਦਿਖਾ ਦਾਂਗੇ, ਠੀਕ ਆ, ਤਾਜ਼ੀ ਸੂਈ ਸਵਾਈ ਆ, ਪੂਰੀ ਡਿਟੇਲ ਵੀਰ ਤੋਂ ਲੈ ਲਾਂਗੇ। ਤਰੀਕ ਜਿਹੜੀ ਦੋਸਤੋ ਅੱਜ 7 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ। ਸਮਾਂ ਤੁਸੀਂ ਨੋਟ ਕਰ ਲਓ ਕਿ 12:30 ਦੁਪਹਿਰ ਦਾ ਸਮਾਂ ਹੈਗਾ, ਠੀਕ ਆ ਜੀ। ਬਾਕੀ ਆਓ, ਆਪਦੀ ਨਰਕ ਫਰਕ ਕਰੋ, ਚਵਾਈ ਕਰੋ ਘਰ ਵਿਜਿਟ ਕਰਕੇ। ਸੋ ਤਸੱਲੀ ਤੁਸੀਂ ਘਰ ਪਹੁੰਚ ਕਰਕੇ ਤਸੱਲੀ ਜ਼ਰੂਰ ਕਰ ਲਿਓ, ਠੀਕ ਆ। ਸੋ ਚਵਾਈ ਜਿਹੜੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਦੇ ਦੂਗੀ, ਤਸੱਲੀ ਦੇ ਨਾਲ ਚਵਾਈ ਦੇਖ ਲਿਓ, ਠੀਕ ਆ। ਬਾਕੀ ਥੰਮ ਥੁੰਮ ਦੀ ਕੁਆਲਿਟੀ ਚੰਗੀ ਆ, ਅਤੇ ਆ ਜਾਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ, ਪੁੱਛ ਲੈਂਦੇ ਹਾਂ ਕੀ ਡਿਟੇਲ। ਸੋ ਮਗਰ ਕੱਟੀ ਆ ਅਤੇ ਬੱਚਾ ਵੀ ਪ੍ਰੋਪਰ ਦਿਖਾ ਦਿੰਦੇ ਹਾਂ, ਆ ਜਾਓ ਬਾਈ ਗੁਰਚੇਤ। ਸਭ ਤੋਂ ਪਹਿਲਾਂ ਵੀਰ ਗੁਰਚੇਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਆ? ਵਧੀਆ ਵਧੀਆ, ਤੁਸੀਂ ਸੁਣਾਓ? ਠੀਕ ਆ। ਅਤੇ ਗੁਰਜੀਤ ਭਾਈ, ਪਸ਼ੂ ਇੱਕ ਇੱਕ ਦੋ ਦੋ ਨਾਗ ਇਸ ਤਰ੍ਹਾਂ ਹੀ ਆਉਂਦੇ ਆ? ਹਾਂਜੀ, ਇਸ ਤਰ੍ਹਾਂ ਭਾਈ, ਇੱਕ ਅੱਧਾ ਲੈ ਜਾਈਦਾ, ਦੋ ਲੈ ਜਾਣਾ। ਠੀਕ ਆ, ਠੀਕ ਆ। ਇਹ ਆਪਣੇ ਕੋਲ ਝੋਟੀ ਆ ਗਈ ਆ, ਸੂਆ ਕਿਨਮਾ ਸੋਈ ਵੀ? ਇਹ ਦੂਜੇ ਸੂਏ ਵਿੱਚ ਹੀ ਸੋਈ, ਦੂਜਣ ਝੋਟੀ? ਹਾਂਜੀ ਹਾਂਜੀ। ਠੀਕ ਆ। ਤੇ ਦਿਨਾਂ 'ਚ ਕਿੰਨੇ ਘੋਗੇ ਨੂੰ? 12-15 ਦਿਨ ਹੋਣਗੇ ਸੂਈ ਨੂੰ। 12-15? ਹਾਂਜੀ ਹਾਂਜੀ, 12-15 ਦਿਨ ਹੋ ਗਏ ਆ ਸੂਈ ਨੂੰ। ਅਤੇ ਦੁੱਧ? ਦੁੱਧ ਇਸ ਟਾਈਮ ਜਿਹੜਾ 10 ਤੋਂ ਬਾਹਰ ਹੋਊਗਾ, 11 ਲੀਟਰ ਦੁੱਧ ਹੋਊਗਾ ਜਿਹੜਾ 10 ਤੋਂ ਬਾਅਦ, ਹਾਂ, ਜਿਹੜਾ ਆਪਾਂ ਚਵਾ ਦੇਣਾ। ਠੀਕ ਆ ਜੀ। ਹਾਂਜੀ, 10 ਲੀਟਰ ਤੋਂ ਬਾਹਰ ਜਿਹੜਾ ਦੋਸਤੋ ਤੁਸੀਂ ਦੁੱਧ ਦੀ ਚਵਾਈ ਕਰ ਸਕਦੇ ਜੇ। ਬਿਲਕੁਲ ਕੁੰਡੀ ਆ, ਮੂੰਹ ਮੱਥਾ ਵੇਖ ਸਕਦੇ ਤੁਸੀਂ, ਬਿਲਕੁਲ ਮੱਥਾ ਬਿਲਕੁਲ ਬਲੈਕ, ਸਿੰਗੋ ਸੁੰਗੋ ਵੇਖੋਗੇ ਬਿਲਕੁਲ ਸਿੰਗ ਕੁੰਡਾ, ਅਤੇ ਅੱਖ ਬਿੱਲੀ ਮਣਕੀ ਜਿਹੜੀ ਅੱਖ ਆ ਇੱਕ ਪਾਸੇ ਵਾਲੀ ਦੋਸਤੋ, ਅਤੇ ਆਹ ਜਿਹੜਾ ਮਗਰੋਂ ਬੱਚਾ ਕਰੇ ਜੀ ਗੁਰਜੀਤ ਭਾਈ, ਬੱਚਾ ਸੋ ਪਿੱਠ ਪੁੜੇ ਦੀ ਚੰਗੀ ਆ, ਰਾਜੀ ਆ, ਪੂਰੀ ਵਜਨ ਵਾਲੀ ਆ, ਠੀਕ ਆ ਜੀ। ਕਦਕਾਠ ਪੂਰਾ ਉੱਚਾ ਹੈਗਾ, ਵੱਡੇ ਕਦਕਾਠ ਦੀ ਆ। ਦੇਣ ਵੀਰ ਨੇ ਦੱਸਤਾ ਵੀ 12-13 ਦਿਨ ਇੱਥੇ ਹੋਏ ਆ। ਹਾਂਜੀ ਹਾਂਜੀ, ਕੋਈ 15 ਦਿਨ ਤਾਂ ਲਗਾਤਾਰ ਵੀ ਹੋ ਸਕਦਾ। ਚਲੋ 15 ਮੰਨ ਲਓ ਤੁਸੀਂ, ਤੁਹਾਡੇ ਸਾਹਮਣੇ 2-4 ਦਿਨ ਉੱਪਰ ਵੀ ਹੋ ਸਕਦਾ, 15 ਦਿਨ ਇੱਥੇ ਹੋ ਸਕਦਾ। ਹਾਂਜੀ ਹਾਂਜੀ, ਠੀਕ ਆ। ਮਗਰ ਕੱਟੀ ਨਾ ਜੀ? ਹਾਂਜੀ, ਕੱਟੀ ਇਹ ਕੱਟੀ ਆ ਥੱਲੇ ਬੱਚਾ, ਕੱਟੀ ਵੀ ਕਾਲੀ ਛਾ ਹੈ। ਲਓ ਜੀ, ਹਾਂਜੀ ਹਾਂਜੀ। ਤੇ ਬਾਕੀ ਗੁਰਜੀਤ ਭਾਈ, ਚਵਾਈ ਕੋਈ ਭੂਰ ਛੱਟਾ? ਕੋਈ ਭੂਰ ਛੱਟਾ ਨਹੀਂ, ਚਵਾਈ ਐ ਪੋਲੀ ਹੋ ਗਈ, ਬਾਕੀ ਸਾਰੇ ਵੀਰ ਦੇਖ ਹੀ ਰਹੇ ਨੇ ਚਵਾਈ ਦੀ। ਉਹ ਚੀਜ਼ ਦੀ ਆਪਣੀ ਗਰੰਟੀ ਹੋ ਗਈ। ਠੀਕ ਹੈ। ਹਾਂਜੀ ਹਾਂਜੀ, ਚਵਾਈ ਤੋਂ ਨਹੀਂ ਨਿਕੰਮਾ ਉੱਡਦਾ। ਠੀਕ ਹੈ ਭਰਾ। ਹਾਂਜੀ ਹਾਂਜੀ, ਲਓ ਵੀ ਦੋਸਤੋ, ਚਵਾਈ ਵੀਰਾਂ ਦਾ ਵੀ ਬੈਸਟ ਲੱਗੀ ਆ, ਬਾਕੀ ਤੁਸੀਂ ਵੀਡੀਓ ਦੇ ਵਿੱਚ ਤਸੱਲੀ ਨਾਲ ਦੇਖ ਲਿਓ, ਠੀਕ ਹੈ ਜੀ। ਅਤੇ ਆਹ ਥਾਂ ਤੁਹਾਨੂੰ ਵੇਖ ਲਓ, ਚਾਰੇ ਥਾਂ ਸਪੇਸ ਵੇਖ ਸਕਦੇ ਹੋ ਵਿੱਚ ਥਾਂ ਦੀ, ਥਾਂ ਬਿਲਕੁਲ ਜਿਹੜਾ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਂ ਆ, ਠੀਕ ਹੈ। ਅਤੇ ਖੋਲ੍ਹ ਕੇ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ, ਆ ਜਾਓ ਜੀ। ਬਿਲਕੁਲ ਪਤਲਾ ਪਿੰਡਾ ਭਰਾਵੋ, ਫੇਸ ਕੁਆਲਿਟੀ ਬੜੀ ਚੰਗੀ ਆ, ਮੂੰਹ ਮੱਥੇ ਦੀ ਬੜੀ ਵਧੀਆ। ਸੋ ਆਹ ਦਿਖਾਉਂਦੇ ਹਾਂ ਤੁਹਾਨੂੰ ਆਪਾਂ, ਠੀਕ ਹੈ ਜੀ। ਬਾਕੀ ਥਾਣ ਵਿਖਾਲਾ ਬਿਲਕੁਲ ਜਿਹੜਾ ਪੱਧਰ ਵਿਖਾਲਾ, ਅਤੇ ਹਵਾਨਾ ਜਿਹੜਾ ਦੋਸਤੋ ਵੀਰ ਜਿੱਦਾਂ ਦੱਸਦਾ ਵੀ 10 ਲੀਟਰ ਤੋਂ ਬਾਹਰ ਦੁੱਧ ਚਮਾਉਂਦੀ ਪਈ ਆ, ਠੀਕ ਆ। ਅਤੇ 10 ਲੀਟਰ ਤੋਂ ਬਾਹਰ ਜਿਹੜਾ ਦੁੱਧ ਆ, 10-11 ਦੇ ਦਰਮਿਆਨ ਚੱਲਦੀ ਪਈ ਹੁਣ।
ਬਾਕੀ ਬੱਚਾ ਲਾ ਕੇ ਜਿਹੜੀ ਚਵਾਈ ਹੈ ਦੋਸਤੋ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ ਇਸੇ ਵੀਡੀਓ ਦੇ ਵਿੱਚ। ਗੁਰਚੇਤ ਭਾਈ ਮਾੜਾ ਦੇਖਿਆ ਜੀ ਬੱਚੇ ਤੇ ਮੁੱਲ ਗੁਰਚੇਤ ਕੀ ਕਰਦੇ ਫਿਰ ਭਾਈ ਦਾ? ਮੁੱਲ ਵੀਰ ਜੀ ਆਪਾਂ ਕਰਦੇ ਹਾਂ ਉਹ ਕੋਈ 90 ਨਹੀਂ ਕੋਈ 85 ਨਹੀਂ ਠੀਕ ਹੈ 80,000 ਰੁਪਇਆ ਆਪਾਂ ਮੁੱਲ ਕਰਦੇ ਹਾਂ ਅਤੇ ਮਾਨ ਤਾਨ ਕਰਕੇ ਆਪਾਂ 77,000 ਦੀ ਝੋਟੀ ਦਿੰਦਾ। 77,000? ਹਾਂਜੀ ਹਾਂਜੀ ਠੀਕ ਹੈ ਜੀ। ਹਾਂਜੀ ਝੋਟੀ ਜਿਹੜਾ ਵੀ ਲੈ ਜ਼ਿਆਦਾ ਠੀਕ ਹੈ। ਹਾਂਜੀ ਅਤੇ ਨੰਬਰ ਬੋਲ ਗਏ ਆਪਣੇ? ਨੰਬਰ ਹੈਗਾ 791-61-557 ਠੀਕ ਹੈ ਜੀ। ਹਾਂਜੀ ਹਾਂਜੀ ਇਹ ਨੰਬਰ ਆ ਜਿਹੜੇ ਦੋਸਤੋ ਵੀਰ ਗੁਰਚੇਤ ਦੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਏ ਆ, ਨੰਬਰਾਂ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਬਾਕੀ ਝੋਟੀ ਦੀ ਚਵਾਈ ਜਿਹੜੀ ਹੈ ਦੋਸਤੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ, ਲਗਾਤਾਰ ਤੁਸੀਂ ਚਵਾਈ ਵੇਖ ਲਓ ਠੀਕ ਆ ਜੀ। ਚਵਾਈ ਬਿਲਕੁਲ ਪਰਫੈਕਟ ਆ, ਜਿਹੜੇ ਵੀਰ ਨੂੰ ਪਸੰਦ ਆਊਗੀ ਆਪਣਾ ਹੱਕ ਸਮਝ ਕੇ ਤੁਸੀਂ ਵੀ ਦੋ ਟਾਈਮ ਇੱਕ ਟਾਈਮ ਚਵਾਈ ਆ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ। ਆ ਜਾਓ ਜੀ ਛੱਡ ਦਿਓ ਬੱਚਾ ਜੀ।